लुडन मंडी डॉट पी के चैनल देखने वाले तमाम उस दोस्तों साड़ी तरफ अस्सलाम वालेकुम। दोस्तों अगर क्रॉस नसल दियाँ बछड़ियाँ बछड़े साहिवाल या चोलिस्तानी तुरंत चाहिए होते इस वीडियो में तुम्हें शुरू तो लैके आखिर तक वाच करना है। अज के रेटों की सूरत हाल का जायजा लेने इन्होंने दोस्तों ना गल करके कि अज का रेट की मांग रहे हैं नसल के क्वालिटी के बारे की कहते हैं। एक वीडियो के तकरीबन 4 से 5 व्यापारियों के इंटरव्यू शामिल होने ने वीडियो आखिर तक वाच करना है और कमेंट्स बॉक्स के अपनी राय का इजहार भी जरूर करना है कि सब तो बेस्ट रेट तुम्हें किस भरा ज़्यादा पसंद है ਉਹਦਾ ਨਾਮ ਕਮੈਂਟਸ ਬਾਕਸ ਦੇ ਵਿੱਚ ਤੁਸੀਂ ਜ਼ਰੂਰ ਐਡ ਕਰਨਾ ਜੀ। ਅਸਲਾਮ ਅਲੈਕੁਮ ਸਰ। ਵਾਲੇਕੁਮ ਸਲਾਮ ਭਾਈ ਜਾਨ। ਸਰ ਕੀ ਨਾਮ ਹੈ? ਜਿਸ਼ਾਨ। ਜਿਸ਼ਾਨ? ਹਾਂਜੀ ਜਿਸ਼ਾਨ। ਅੱਛਾ ਜਿਸ਼ਾਨ ਸਾਹਿਬ ਕਾਰੋਬਾਰ ਕਰਦੇ ਹੋ ਬਿਸ਼ਨੀ ਦਾ? ਹਾਂਜੀ ਸ਼ੁਕਰ ਅਲਹਮਦੁਲਿਲਾ ਕਾਰੋਬਾਰ ਕਰ। ਅੱਜ ਕਿੰਨੀਆਂ ਬਿਸ਼ਨੀਆਂ ਲੈ ਕੇ ਆਏ ਹੋ? ਅੱਜ ਪੂਰਾ ਗੱਡੀ ਦਾ ਮਾਲ ਹੈ। ਗੱਡੀ ਲੈ ਕੇ ਆਏ ਹੋ? ਹਾਂਜੀ। ਤੇ ਮੰਡੀ ਦੀ ਪਰਫਾਰਮੈਂਸ ਕਿਸੀ ਚੱਲ ਰਹੀ ਹੈ? ਗਾਹਕ ਅੱਜ ਕੀ ਲੱਗਦੇ ਨੇ? ਸ਼ੁਕਰ ਅਲਹਮਦੁਲਿਲਾ ਠੀਕ ਨੇ ਗਾਹਕ। ਹਾਂਜੀ ਸ਼ੁਕਰ ਅਲਹਮਦੁਲਿਲਾ। ਸੇਲ ਵੀ ਹੋਈਆਂ ਨੇ ਕੁਝ ਵਿੱਚ? ਹਾਂਜੀ ਹੋ ਗਏ ਨੇ ਸੇਲ। ਜੀ ਠੀਕ ਹੋ ਗਿਆ। ਇਹ ਨਸਲ ਕਿਹੜੀ ਹੈ ਜੀ? ਇਹ ਅਜੇ ਕ੍ਰਾਸ ਹੈ। ਕ੍ਰਾਸ ਵਿੱਚ ਹੈ? ਹਾਂਜੀ ਕ੍ਰਾਸ ਹੈ। ਇਸ ਤੇ ਮਗਰ ਉਮਰ ਪੁੱਛੀ ਜਾਵੇ ਤੇ ਕਿੰਨੀ ਕਿੰਨੀ ਹੋਣੀ ਹੈ? ਉਮਰ ਤਕਰੀਬਨ ਇਹਦੀ 8-1 ਮਹੀਨੇ। ਅੱਛਾ ਠੀਕ ਹੋ ਗਿਆ। ਤੇ ਰੇਟ ਦੇ ਬਾਰੇ ਕੀ ਕਹਿੰਦੇ ਹੋ? ਡਿਮਾਂਡ ਕਿੰਨੀ ਕਰ ਰਹੇ ਹੋ? ਡਿਮਾਂਡ ਇਹਦੀ 45,000 ਕਰ ਰਹੇ ਹਾਂ। ਡਿਮਾਂਡ ਕਰ ਰਹੇ ਹੋ? ਇਹਦੀ ਪਿਆਰ ਮੁਹੱਬਤ ਕਿੰਨਾ ਕਰਦੇ ਹੋ? ਕਨਸੈਸ਼ਨ ਕਿੰਨੀ ਕਰਦੇ ਹੋ? ਪਿਆਰ ਮੁਹੱਬਤ ਆਖਰੀ ਤਕਰੀਬਨ 38 ਤੱਕ ਮਿਲ ਜਾਏਗੀ। ਆਖਰੀ ਰੇਟ? ਹਾਂ ਆਖਰੀ ਜੀ। ਆਖਰੀ ਰੇਟ ਤੁਹਾਡਾ ਕਾ ਚੁੱਕਾ ਜੀ? ਅੱਗੇ ਚੱਲਣਾ ਜੀ ਮਸਜਿਦ ਅੱਗੇ ਚੈੱਕ ਕਰਵਾਓ ਜੀ। ਕੁਝ ਹੋਰ ਵੀ ਹੈ ਨਾ ਜਾਂ? ਹਾਂਜੀ ਇਹ ਖੜੀ ਹੈ ਜੀ। ਇਹ ਖੜੀ ਹੈ ਠੀਕ ਹੋ ਗਿਆ। ਇਹ ਨਸਲ ਕਿਹੜੀ ਹੈ ਜੀ? ਇਹ ਚੋਲਿਸਤਾਨੀ। ਚੋਲਿਸਤਾਨੀ ਠੀਕ ਹੋ ਗਿਆ। ਇਸ ਟਾਈਮ ਇਹਦੇ ਉਮਰ ਕਿੰਨੀ ਹੋਣੀ ਹੈ? ਵਜ਼ਨ ਕਿੰਨਾ ਕਰਦੇ ਹੋ ਤੁਸੀਂ? ਇਹਦੀ ਉਮਰ ਤਕਰੀਬਨ 6-1 ਮਹੀਨੇ। ਠੀਕ ਹੋ ਗਿਆ। ਰੇਟ ਕਿੰਨਾ ਕਰਦੇ ਹੋ ਜੀ? ਰੇਟ ਇਹਦਾ 45,000। 45,000 ਡਿਮਾਂਡ ਕਰ ਰਹੇ ਹੋ? ਹਾਂਜੀ। ਇਹਦੀ ਕਨਸੈਸ਼ਨ ਕਿੰਨੀ ਕਰਦੇ ਹੋ? ਕੋਈ ਰਿਆਇਤ ਤੇ ਹੈ ਗੁੰਜਾਇਸ਼ ਮਸਜਿਦ ਤੇ ਕਰ ਦੋ? ਫਾਈਨਲ 36,000 ਜੀ। ਫਾਈਨਲ 36,000 ਤੁਹਾਡਾ ਕਾ ਚੁੱਕਾ ਜੀ। ਮਸਜਿਦ ਅੱਗੇ ਚੈੱਕ ਕਰਵਾਣੇ ਆ ਜੀ। ਮੋਬਾਈਲ ਨੰਬਰ ਜ਼ਰਾ ਸ਼ੇਅਰ ਕਰ ਦਿਓ ਦੂਸਰੇ ਭਰਾਵਾਂ ਨਾਲ ਫਿਰ ਚੱਲ ਕੇ ਗੱਲ। 0305 ਜੀ ਜੀ 6593 724 ਤੁਹਾਡੀ ਸਕਰੀਨ ਤੇ 24 ਮਤਲਬ 2426 ਜੀ 26 ਆਖੇ ਜਾਂਦਾ 26 ਤੁਹਾਡੀ ਸਕਰੀਨ 'ਤੇ ਇਹਨਾਂ ਦਾ ਮੋਬਾਈਲ ਨੰਬਰ ਆ ਚੁੱਕਾ ਜੀ। ਅਗਰ ਬਛੜੀਆਂ ਤਾਂ ਰੇਟ ਪਸੰਦ ਹੋਣ ਇਸ ਨੰਬਰ 'ਤੇ ਰਾਬਤਾ ਕਰਕੇ ਤੁਸੀਂ ਇਹਨਾਂ ਕੋਲ ਖਰੀਦਦਾਰੀ ਵੀ ਕਰ ਸਕਦੇ ਹੋ। ਮਸਜਿਦ ਅੱਗੇ ਚੱਲਣਾ ਜੀ। ਕਿਸੇ ਹੋਰ ਭਰਾ ਨਾਲ ਗੱਲ ਕਰਨੇ ਕਿ ਅੱਜ ਦਾ ਰੇਟ ਉਹ ਕੀ ਮੰਗ ਰਹੇ ਨੇ ਜੀ। ਉਹਨਾਂ ਕੋਲ ਕਸਟਮਰ ਆਏ ਨੇ, ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਗਾਹਕ ਉਹਨਾਂ ਨੂੰ ਲੱਗੇ ਉਹਨਾਂ ਨੂੰ ਡਿਸਟਰਬ ਨਾ ਕੀਤਾ ਜਾਵੇ, ਇਸ ਭਰਾ ਨਾਲ ਗੱਲ ਕਰਨਾ ਜੀ। ਅਸਲਾਮ ਅਲੈਕੁਮ ਭਾਈ। ਵਾਲੇਕੁਮ ਸਲਾਮ। ਸਰ ਕੀ ਨਾਮ ਹੈ ਤੁਹਾਡਾ? ਅਹਿਮਦ ਹਸਨ। ਅਹਿਮਦ ਹਸਨ ਜੀ, ਬਸ਼ਰੀ ਲੈ ਕੇ ਆਇਓ। ਨਸਲ ਕਿਹੜੀ ਹੈ ਜੀ? ਸਹੀਵਾਲ ਹੈ ਜੀ। ਇਹ ਸਾਈ ਕ੍ਰਾਸ ਹੈ, ਦੇਸੀ ਸਹੀਵਾਲ। ਦੇਸੀ ਕ੍ਰਾਸ ਹੈ, ਠੀਕ ਹੋ ਗਿਆ। ਇਹ ਰੇਟ ਦੇ ਬਾਰੇ ਕੀ ਕਹਿੰਦੇ ਹੋ? 45,000 ਡਿਮਾਂਡ ਕਰ ਰਹੇ ਹੋ? 45,000 ਡਿਮਾਂਡ ਕਰ। ਇਹਦੇ ਵਿੱਚ ਕਨਸੈਸ਼ਨ ਕਿੰਨੀ ਕਰਦੇ ਹੋ? ਰਿਆਇਤ ਹੈ ਗੁੰਜਾਇਸ਼ ਵਿੱਚ? ਫਾਈਨਲ ਕੋ 40,000 ਤੱਕ ਜੀ। ਠੀਕ ਹੋ ਗਿਆ। ਮੋਬਾਈਲ ਨੰਬਰ ਜ਼ਰਾ ਦੱਸ ਦਿਓ। ਨੰਬਰ ਕੀ ਤੁਹਾਡਾ? ਮੋਬਾਈਲ 03 ਹਾਂਜੀ 5541 743 703 ਸਕਰੀਨ 'ਤੇ ਇਹਨਾਂ ਦਾ ਮੋਬਾਈਲ ਨੰਬਰ ਆ ਚੁੱਕਾ ਜੀ। ਅਗਰ ਬਛੜੀ 'ਤੇ ਰੇਟ ਪਸੰਦ ਹੋਵੇ ਇਸ ਨੰਬਰ 'ਤੇ ਰਾਬਤਾ ਕਰਕੇ ਤੁਸੀਂ ਇਹਨਾਂ ਕੋਲ ਖਰੀਦਦਾਰੀ ਵੀ ਕਰ ਸਕਦੇ ਹੋ। ਮਜ਼ੀਦ ਅੱਗੇ ਚੱਲਣਾ ਜੀ। ਇਸ ਬਰਾ ਨਾਲ ਗੱਲ ਕਰਨੇ ਆ ਕਿ ਬਛੜੀਆਂ ਸਫੈਦ ਕਲਰ ਦੀਆਂ ਲੈ ਕੇ ਇਸ ਮੰਡੀ ਦੇ ਵਿੱਚ ਮੌਜੂਦ ਨੇ। ਅਸਲਾਮ ਅਲੈਕੁਮ ਸਰ। ਵਾਲੇਕੁਮ ਸਲਾਮ। ਸਰ ਕੀ ਨਾਮ ਹੈ ਤੁਹਾਡਾ? ਮੁਹੰਮਦ ਇਜਾਜ਼। ਅੱਛਾ ਇਜਾਜ਼ ਸਾਹਿਬ ਕਾਰੋਬਾਰ ਕਰਦੇ ਹੋ? ਹਾਂਜੀ। ਅੱਜ ਕਿੰਨੀਆਂ ਬਛੜੀਆਂ ਲੈ ਕੇ ਆਏ ਹੋ? ਅੱਜ ਹੈ ਨੇ ਕੋਈ 4-5 ਨੇ। 4-5 ਲੈ ਕੇ ਆਏ ਤੇ ਕੁਝ ਸੇਲ ਵੀ ਹੋਈਆਂ ਨੇ? ਮਤਲਬ ਮੰਡੀ ਕਿਸ ਤਰ੍ਹਾਂ ਦੀ ਚੱਲ ਰਹੀ ਹੈ? ਤੇਜ਼ੀ ਚੱਲ ਰਹੀ ਹੈ ਅੱਜ ਜਾਂ ਮੰਦਾ ਚੱਲ ਰਿਹਾ? ਮੰਦਾ ਹੈ ਵੀਰ, ਮੰਦਾ ਚੱਲ ਰਿਹਾ, ਮਤਲਬ ਸੇਲ ਨਹੀਂ ਹੋ ਰਹੀ ਹੈ? ਸੇਲ ਨਹੀਂ। ਠੀਕ ਹੋ ਗਿਆ। ਨਸਲ ਕਿਹੜੀ ਹੈ? ਚੋਲਿਸਤਾਨੀ ਲੈ ਕੇ ਆਇਓ। ਅੱਛਾ ਰੇਟ ਇਹਨਾਂ ਦੇ ਅਲੱਗ ਅਲੱਗ ਨੇ ਜਾਂ ਬਰਾਬਰ ਰੇਟ ਹੈ? ਕੀ ਕਹਿੰਦੇ ਹੋ? ਇੱਕੋ ਰੇਟ ਆ। 65,000 65,000। ਇਹਦੇ ਵਿੱਚ ਪਿਆਰ ਮੁਹੱਬਤ ਕਿੰਨਾ ਕਰਦੇ ਹੋ? ਰਿਆਇਤ ਕਿੰਨੀ ਕਰਦੇ ਹੋ? 60 ਦੇ। 60 ਆਖਰੀ ਹੈ? ਆਖਰੀ ਜੀ। ਆਖਰੀ ਰੇਟ ਤੁਹਾਡਾ ਕਾ ਚੁੱਕਾ ਜੀ? ਮੋਬਾਈਲ ਨੰਬਰ ਜ਼ਰਾ ਸ਼ੇਅਰ ਕਰ ਦਿਓ ਜੀ। ਨੰਬਰ ਕੀ ਤੁਹਾਡਾ? 0306 ਅੱਛਾ ਜੀ 6025 ਜੀ 705 ਤੁਹਾਡੀ ਸਕਰੀਨ 'ਤੇ ਇਹਨਾਂ ਦਾ ਮੋਬਾਈਲ ਨੰਬਰ ਆ ਚੁੱਕਾ ਜੀ। ਅਗਰ ਬਛੜੀਆਂ ਤੇ ਰੇੜੇ ਪਸੰਦ ਹੋਵੇ ਨੇ ਇਸ ਨੰਬਰ 'ਤੇ ਰਾਬਤਾ ਕਰਕੇ ਤੁਸੀਂ ਇਹਨਾਂ ਕੋਲ ਖਰੀਦਦਾਰੀ ਵੀ ਕਰ ਸਕਦੇ ਹੋ। ਮਸਜਿਦ ਅੱਗੇ ਚੱਲਣਾ ਜੀ। ਰੇਟਾਂ ਦੇ ਬਾਰੇ ਜਾਣਨੇ ਆ ਕਿ ਅੱਜ ਦੇ ਰੇਟ ਇਸ ਮੰਡੀ ਦੇ ਕੀ ਚੱਲ ਰਹੇ ਨੇ ਔਰ ਸਾਡੇ ਭਰਾ ਅੱਜ ਦਾ ਰੇਟ ਕੀ ਮੰਗ ਰਹੇ ਨੇ ਜੀ। ਅਸਲਾਮ ਅਲੈਕੁਮ ਸਰ। 75। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਸਰ ਕੀ ਨਾਮ ਹੈ ਤੁਹਾਡਾ? ਮਨਸ਼ਾ। ਅੱਛਾ ਮਨਸ਼ਾ ਸਾਹਿਬ ਇਹ ਨਸਲ ਕਿਹੜੀ ਹੈ ਜੀ? ਇਹਦੀ ਨਸਲ ਪੁੱਛੀ ਜਾਵੇ ਤੇ ਕੀ ਕਹਿੰਦੇ ਹੋ? ਦੰਨੀ ਦਾ। ਦੰਨੀ ਦੀ ਹੈ, ਬਛੜੀ ਹੈ ਨਾ? ਹਾਂਜੀ ਬਛੜੀ। ਠੀਕ ਹੋ ਗਿਆ। ਰੇਟ ਕਿੰਨਾ ਕਰ ਰਹੇ ਹੋ? 75 ਦਾ ਡਿਮਾਂਡ ਕਰ ਰਹੇ? 75। ਅੱਛਾ ਜੀ ਠੀਕ ਹੋ ਗਿਆ। ਇਹਦੇ ਵਿੱਚ ਪਿਆਰ ਮੁਹੱਬਤ ਕਿੰਨਾ ਕਰਦੇ ਹੋ? ਰਿਆਇਤ ਕਿੰਨੀ ਕਰਦੇ ਹੋ? 5-7,000। 5-7,000 ਮਜ਼ੀਦ ਕਨਸੈਸ਼ਨ ਹੋ ਸਕਦੀ, ਰਿਆਇਤ ਹੋ ਸਕਦੀ। ਮੋਬਾਈਲ ਨੰਬਰ ਜ਼ਰਾ ਦੱਸ ਦਿਓ। ਨੰਬਰ ਕੀ ਤੁਹਾਡਾ? ਨੰਬਰ ਮੇਰਾ ਕੋਈ ਨਹੀਂ ਮੇਰਾ ਜੀ। ਮੋਬਾਈਲ ਨੰਬਰ ਨਹੀਂ ਹੈ ਜੀ। ਮੰਡੀ ਦੇ ਵਿੱਚ ਆ ਕੇ ਤੁਸੀਂ ਇਹਨਾਂ ਕੋਲ ਖਰੀਦਦਾਰੀ ਕਰ ਸਕਦੇ ਹੋ। ਮਜ਼ੀਦ ਅੱਗੇ ਚੱਲਣਾ ਜੀ। ਇੱਥੇ ਸਾਡੇ ਭਰਾ ਨੇ ਜੀ, ਉਹਨਾਂ ਦਾ ਰੇਟ ਚੈੱਕ ਕਰਨੇ ਆ ਕਿ ਅੱਜ ਦਾ ਰੇਟ ਉਹ ਕੀ ਮੰਗ ਰਹੇ ਜੀ। ਅਸਲਾਮ ਅਲੈਕੁਮ ਸਰ। ਵਾਲੇਕੁਮ ਸਲਾਮ। ਸਰ ਕੀ ਨਾਮ ਹੈ ਤੁਹਾਡਾ? ਮੁਹੰਮਦ ਅਸਗਰ। ਅੱਛਾ ਅਸਗਰ ਸਾਹਿਬ ਬਛੜੀਆਂ ਲੈ ਕੇ ਆਇਓ, ਅੱਜ ਕਿੰਨੀਆਂ ਲੈ ਕੇ ਆਇਓ ਬਛੜੀਆਂ? 11। ਤੇ ਕਿੰਨੀਆਂ ਸੇਲ ਕਰ ਲਈਆਂ ਨੇ? ਸੇਲ ਕਰੀਆਂ ਨੇ 9। 9 ਸੇਲ ਵੀ ਹੋ ਗਈਆਂ ਨੇ? ਹਾਂਜੀ। ਮਤਲਬ ਜ਼ਬਰਦਸਤ ਕਾਰੋਬਾਰ ਚੱਲ ਰਿਹਾ ਮੰਡੀ ਵਿੱਚ। ਸ਼ੁਕਰ ਅਲਹਮਦੁਲਿਲਾ। ਮਤਲਬ ਮੰਦਾ ਤੇ ਨਹੀਂ ਆਖਿਆ ਜਾ ਸਕਦਾ, ਅੱਜ ਗਾਹ ਕਾਫੀ ਜ਼ਿਆਦਾ ਤਾਦਾਦ ਵਿੱਚ ਮੰਡੀ ਵਿੱਚ ਆਏ ਨੇ। ਠੀਕ ਹੋ ਗਿਆ। ਬਿਲਕੁਲ ਬਿਲਕੁਲ। ਕਿੰਨੀਆਂ ਕੋ ਇਸ ਟਾਈਮ ਖੜੀਆਂ ਨੇ? ਰੇਟਾਂ ਦੇ ਬਾਰੇ ਜਾਣ ਲੈਣਾ। 3 ਬਾਕੀ ਰਹਿ ਗਈਆਂ ਸਰ। ਨਸਲ ਕਿਹੜੀ ਹੈ ਪਹਿਲੇ ਨੰਬਰ ਵਾਲੀ? ਇਹ ਚੋਲਸਤਾਨੀ ਹੈ।
जिसको चाहिए वो झोटे भी हम दे सकते हैं, वो भी मिल सकते हैं। किस इलाके से है जी? चिश्तियां की। चिश्तियां सिटी दे हो या आगे चाक वगैरह कोई? ए पीछे बस्ती है हमारी मारकपुर। मुबारकपुर से तुसी रहशी हो? हां जी रहशी। जिला बावलनगर। जिला बावलनगर। हां ਤੇ ਬਾਕੀ ਮੰਡੀਆਂ ਜੀ ਤਹਿਸੀਲ ਚਿਸ਼ਤੀਆਂ ਹੋ ਗਈ। ਬਾਕੀ ਮੰਡੀਆਂ ਕਿਹੜੀ ਕਿਹੜੀ ਕਰਦੇ ਹੋ? ਅਸੀਂ ਲੁੱਡਨ ਕਰਦੇ ਆਂ। ਅੱਛਾ ਜੀ। ਮਦਰਸਾ ਕਰਦੇ ਆਂ। ਅੱਛਾ। ਸ਼ਬਾਦ ਵਾਲਾ ਕਰਦੇ ਆਂ। ਅੱਛਾ ਅੱਛਾ। ਉਦੋਂ ਸ਼ਕਵੈਨ ਕਰਦੇ ਆਂ। ਠੀਕ ਹੋ। ਤੇ ਜ਼ਹਿਰ ਪੀਰ ਕਰਦੇ ਆਂ। ਪੰਜ ਮੰਡੀਆਂ ਕਰਦੇ ਆਂ। ਮਤਲਬ ਪੰਜ ਮੰਡੀਆਂ ਕਰਦੇ ਹੋ, ਤੁਹਾਡੇ ਨੰਬਰ ਤੇ ਰਾਬਤਾ ਕਰਨਾ ਜ਼ਰੂਰੀ ਹੈ। ਤੁਹਾਡੀ ਲੋਕੇਸ਼ਨ ਲੈ ਕੇ ਕੋਈ ਦੋਸਤ ਅਗਰ ਤੁਹਾਡੇ ਕੋਲ ਖਰੀਦਦਾਰੀ ਕਰਨਾ ਚਾਹਵੇ ਤਾਂ ਉਸ ਮੰਡੀ ਤੇ ਜਾ ਕੇ ਖਰੀਦਦਾਰੀ ਕਰ ਸਕਦੇ ਹੋ। ਬਿਲਕੁਲ ਕਰ ਸਕਦੇ ਆ। ਬਾਕੀ ਕਿੰਨੇ ਇੱਕ ਨਾਗ ਇਸ ਤਰ੍ਹਾਂ ਦੀ ਬਛੜੀਆਂ ਤੁਹਾਡੇ ਕੋਲ ਮੌਜੂਦ ਹੁੰਦੀਆਂ ਨੇ? ਸਾਡੇ ਕੋਲ ਮੌਜੂਦ ਕੰਮ ਸਭ 25 ਕਿਸਮ ਚਾਹੀਦੀਆਂ ਤੇ ਮਿਲ ਸਕਦੀਆਂ ਨੇ? 25-30 ਮਿਲ ਸਕਦੀਆਂ। 25-30 ਮਿਲ ਸਕਦੀਆਂ ਨੇ। ਮੁਕੰਮਲ ਡਿਟੇਲ ਤੁਹਾਡੇ ਤੱਕ ਆ ਚੁੱਕੀ ਹੈ। ਕਿਸੇ ਹੋਰ ਬਰਾ ਨਾਲ ਵੀ ਗੱਲ ਕਰਨੇ ਆ, ਸਾਡੇ ਦੋਸਤ ਖੜੇ ਨੇ ਸਾਡੇ ਕਰੀਬ ਆ ਕੇ ਰੇਟ ਇੱਕ ਹੀ ਮੰਗਦੇ ਨੇ ਜੀ। ਅਸਲਾਮ ਵਾਲੇਕੁਮ ਭਾਈ। ਵਾਲੇਕੁਮ ਸਲਾਮ। ਕੀ ਨਾਮ ਹੈ ਤੁਹਾਡਾ? ਖਾਲਿਦ। ਹਾਂਜੀ ਖਾਲਿਦ। ਅੱਛਾ ਖਾਲਿਦ ਭਾਈ, ਕਾਰੋਬਾਰ ਕਰਦੇ ਹੋ? ਹਾਂਜੀ। ਕਿੰਨੇ ਕਨਾਗ ਲੈ ਕੇ ਆਏ ਹੋ ਅੱਜ? ਅੱਜ 2 ਮਾਲ ਹੈ। 2 ਲੈ ਕੇ ਆਇਓ? ਸੇਲ ਨਹੀਂ ਹੋਈਆਂ? ਮਤਲਬ ਕੀ ਕੰਡੀਸ਼ਨ ਚ ਆ ਰਹੀ ਹੈ? ਰੇਟ ਜ਼ਿਆਦਾ ਤਾਂ ਨਹੀਂ ਮੰਗ ਰਹੇ ਹੋ? ਗਾਹਕ ਕਾਫੀ ਆਇਆ ਮੰਡੀ ਵਿੱਚ। ਰੇਟ ਮناسب ਹੈ, ਗਾਹਕ ਨੇ, ਗਾਹਕ ਉਤਨਾ ਰੇਟ ਦੇ ਨਹੀਂ ਰਿਹਾ ਜਿੰਨਾ ਤੁਸੀਂ ਡਿਮਾਂਡ ਕਰ ਰਹੇ ਹੋ। ਜਿੰਨੇ ਦੀ ਡਿਮਾਂਡ ਉਹਨਾਂ ਗਾਹਕ ਰੇਟ ਦੇ ਰਹੇ ਨੇ। ਠੀਕ ਹੋ ਗਿਆ। ਨਸਲ ਕਿਹੜੀ ਕਿਹੜੀ ਲੈ ਕੇ ਆਇਓ? ਐਸੇ ਸਹੀ ਵਾਰ ਨਹੀਂ ਆ ਰਹੇ ਤੇ ਧਨੀ ਦੀ ਜਾਂ 44 ਲੱਗ ਰਹੀ ਹੈ। ਐ ਕ੍ਰਾਸ ਹੈ। ਕ੍ਰਾਸ ਹੈ ਜੀ। ਠੀਕ ਹੋ ਗਿਆ। ਰੇਟ ਕਿੰਨਾ ਮੰਗ ਰਹੇ ਹੋ ਇਸ ਪਹਿਲੇ ਨੰਬਰ ਦਾ? ਜੋੜੇ ਦਾ 1-10। ਜੋੜੀ ਦਾ? ਹਾਂ। ਤੇ ਇਹਦੇ ਚ ਪਿਆਰ ਮੁਹੱਬਤ ਕਿੰਨਾ ਕਰਦੇ ਹੋ? ਫਾਈਨਲ ਰੇਟ ਕੀ ਸੋਚ ਰੱਖਿਆ? ਯਾਰ ਫਾਈਨਲ ਫਾਈਨਲ ਹੈ 95 ਦੇ। 95 ਆਖਰੀ ਰੇਟ ਹੈ। ਮੋਬਾਈਲ ਨੰਬਰ ਜ਼ਰਾ ਸ਼ੇਅਰ ਕਰ ਦਿਓ। ਨੰਬਰ ਕੀ ਤੁਹਾਡਾ? 0304-7142-507-507। ਤੁਹਾਡੀ ਸਕਰੀਨ 'ਤੇ ਇਹਨਾਂ ਦਾ ਮੋਬਾਈਲ ਨੰਬਰ ਆ ਚੁੱਕਾ ਜੀ। ਅਗਰ ਬਛੜੀਆਂ ਦੇ ਰੇਟ ਪਸੰਦ ਹੋਣ ਇਸ ਨੰਬਰ 'ਤੇ ਰਾਬਤਾ ਕਰਕੇ ਤੁਸੀਂ ਇਹਨਾਂ ਕੋਲ ਖਰੀਦਦਾਰੀ ਵੀ ਕਰ ਸਕਦੇ ਹੋ। ਮਜ਼ੀਦ ਅੱਗੇ ਚੱਲਣਾ ਜੀ, ਇੱਕ ਦੋ ਦੋਸਤਾਂ ਦੇ ਹੋਰ ਵੀ ਰੇਟ ਤੁਹਾਨੂੰ ਚੈੱਕ ਕਰਵਾਉਣੇ ਆ ਤਾਂ ਕਿ ਆਈਡੀਆ ਹੋ ਜਾਵੇ ਇਸ ਮੰਡੀ ਦਾ ਕਿ ਅੱਜ ਦੇ ਰੇਟ ਇਸ ਮੰਡੀ ਦੇ ਕੀ ਚੱਲ ਰਹੇ ਨੇ। ਕਾਫੀ ਤਾਦਾਦ ਦੇ ਵਿੱਚ ਬਛੜੀਆਂ ਇਸ ਪੁਆਇੰਟ 'ਤੇ ਮੌਜੂਦ ਨੇ। ਸਾਡੇ ਇੱਕ ਭਰਾ ਸਾਨੂੰ ਮਿਲ ਗਏ ਨੇ, ਕਾਫੀ ਬਛੜੀਆਂ ਲੈ ਕੇ ਆਉਂਦੇ ਨੇ। ਅੱਜ ਦੇ ਰੇਟਾਂ ਦੇ ਬਾਰੇ ਉਹ ਕੀ ਕਹਿੰਦੇ ਨੇ ਜੀ? ਅਸਲਾਮੁਅਲੈਕੁਮ ਸਰ। ਵਾਲੇਕੁਮ ਸਲਾਮ। ਸਰ ਇੱਕ ਦਫਾ ਕਾਫੀ ਦਿਨਾਂ ਤੋਂ ਬਾਅਦ ਤੁਹਾਡੇ ਨਾਲ ਮੁਲਾਕਾਤ ਹੋ ਰਹੀ ਹੈ ਜੀ। ਜੀ ਮੰਡੀ ਤੇ ਆਉਂਦੇ ਰਹੇ ਹੋ ਜਾਂ ਕੋਈ ਹੋਰ ਸਿਸਟਮ ਸ਼ੁਰੂ ਕਰ ਲਿਆ? ਬਿਲਕੁਲ ਜੀ, ਆਉਂਦੇ ਰਹੇ ਹਾਂ ਬੱਚਿਆਂ ਨਾਲ। ਤੁਹਾਡੇ ਨਾਲ ਮੁਲਾਕਾਤ ਤਾਂ ਸਾਡੀਆਂ ਨਹੀਂ ਹੋਈਆਂ। ਹਾਂ ਤੇ ਅੱਜ ਕਿੰਨੇ ਕਨਾਗ ਲੈ ਕੇ ਆਏ ਹੋ? ਅੱਜ ਲੈ ਕੇ ਆਇਆ 13 ਡੰਗਰ। 13 ਡੰਗਰ ਲੈ ਕੇ ਆਏ ਹੋ? ਇੱਕ ਦਫਾ ਸਾਡੇ ਭਰਾਵਾਂ ਨੂੰ ਨਾਂ ਦੱਸ ਦਿਓ। ਕੀ ਨਾਂ ਹੈ ਤੁਹਾਡਾ? ਫਰਿਆਦ ਮੇਰੇ ਨਾਂ। ਫਰਿਆਦ ਸਾਹਿਬ ਜੀ, ਨਸਲ ਕਿਹੜੀ ਕਿਹੜੀ ਲੈ ਕੇ ਆਏ ਹੋ? ਸਹੀਵਾਲ, ਵਲਾਇਤੀ, ਕਰਾਸ, 3 ਨਸਲਾਂ ਮੇਰੇ ਕੋਲ ਹੁੰਦੀਆਂ ਨੇ। ਜ਼ਬਰਦਸਤ ਹੋ ਗਿਆ ਜੀ। ਤੇ ਕਿੰਨੀਆਂ ਸੇਲ ਵਿੱਚ ਕਰ ਲਈਆਂ ਨੇ? ਕੁਝ 10 ਵੇਚ ਗਈਆਂ ਨੇ। 10 ਆਖਰੀ ਰਹਿ ਗਈ? 3 ਰਹਿ ਗਈਆਂ। 3 ਰਹਿ ਗਈਆਂ ਨੇ। ਹਾਂਜੀ ਜ਼ਬਰਦਸਤ। ਮਤਲਬ ਮੰਡੀ ਦੀ ਪਰਫਾਰਮੈਂਸ ਜ਼ਬਰਦਸਤ ਆ ਰਹੀ ਹੈ। ਗਾਹਕ ਆਏ ਨੇ ਔਰ ਰਾਬਤਾ ਕਰਕੇ ਖਰੀਦਦਾਰੀ ਵੀ ਕਰ ਰਹੇ ਨੇ। ਠੀਕ ਹੈ ਜੀ। ਠੀਕ ਹੋ ਗਿਆ ਸਰ। ਇਹ ਨਸਲ ਸਹੀਵਾਲ ਨਸਲ ਹੈ? ਇਹ ਸਹੀਵਾਲ ਨਸਲ ਹੈ। ਠੀਕ ਹੋ ਗਿਆ। ਇਸ ਟਾਈਮ ਇਹਦਾ ਉਮਰ ਕਿੰਨੀ ਹੋ ਚੁੱਕੀ ਹੈ? ਵਜ਼ਨ? ਵਜ਼ਨ ਇਹਦਾ ਹੈ 3 ਮਨ ਦੀ। 3 ਮਨ ਹੋਣਾ। ਠੀਕ ਹੋ ਗਿਆ। ਰੇਟ ਦੇ ਬਾਰੇ ਕੀ ਕਹਿੰਦੇ ਹੋ? ਡਿਮਾਂਡ ਇਹਦਾ ਲੱਗਦਾ ਪਿਆ 60, 2 ਗਾਡ 60। ਆਪਾਂ ਹੁਣ ਦੇ ਦੇਣੀ ਇਹ ਵੀ ਆਖਰੀ ਬੱਚੇ। ਇਸ ਆਖਰੀ ਰੇਟ ਤੇ ਤੁਸੀਂ ਦੇ ਦੇਣੀ ਦੇ ਦੇਣੀ ਰੇਟ ਕਰ ਲਈਏ ਇਸ ਇਨਸ਼ਾਅੱਲਾ ਕਰਨ ਦੇ। ਇਨਸ਼ਾਅੱਲਾ ਦੇ ਦਾ। ਠੀਕ ਹੋ ਗਿਆ। ਮੋਬਾਈਲ ਨੰਬਰ ਜ਼ਰਾ ਸ਼ੇਅਰ ਕਰ ਦਿਓ। 0306 86 9 51। 9 51 ਤੁਹਾਡੀ ਸਕਰੀਨ 'ਤੇ ਫਰਿਆਦ ਸਾਹਿਬ ਦਾ ਮੋਬਾਈਲ ਨੰਬਰ ਆ ਚੁੱਕਾ ਜੀ। ਅਗਰ ਬਛੜੀ ਅਤੇ ਰੇਟ ਪਸੰਦ ਹੋਵੇ ਇਸ ਨੰਬਰ 'ਤੇ ਰਾਬਤਾ ਕਰਕੇ ਤੁਸੀਂ ਇਹਨਾਂ ਕੋਲ ਖਰੀਦਦਾਰੀ ਵੀ ਕਰ ਸਕਦੇ ਹੋ। ਸਰ ਲੁੱਡਨ ਮੰਡੀ ਤੋਂ ਇਲਾਵਾ ਕਿਹੜੀ ਕਿਹੜੀ ਮੰਡੀ ਕਰਦੇ ਹੋ? ਮੁਲਤਾਨ ਵਾਲੀ ਮੰਡੀ 'ਚ ਹੁੰਦੇ ਹਾਂ ਅਸੀਂ। ਅੱਛਾ। ਇਹ ਇਕਬਾਲ ਨਗਰ ਵਾਲੀ ਮੰਡੀ 'ਚ ਹੁੰਦੇ ਹਾਂ। ਅੱਛਾ ਅੱਛਾ। ਮਾਛੀਵਾਲ ਵੀ ਹੁੰਦੇ ਹਾਂ।
ਮਤਲਬ ਇਹ ਟੋਟਲ ਮੰਡੀਆਂ ਤੁਸੀਂ ਕਰਦੇ ਹੋ? ਕਰਦੇ ਹੋ, ਟੋਟਲ ਮਾਲ ਹੁੰਦਾ ਸਾਡੇ ਕੋਲ। ਸਾਡੇ ਨੰਬਰ ਤੇ ਰਾਬਤਾ ਕਰਨਾ ਜ਼ਰੂਰੀ ਹੈ ਤਾਂ ਕਿ ਤੁਹਾਡੀ ਲੋਕੇਸ਼ਨ ਲੈ ਕੇ ਸਾਡੇ ਭਰਾ ਉਸ ਮੰਡੀ 'ਚ ਆ ਕੇ ਖਰੀਦਦਾਰੀ ਕਰ ਸਕਦੇ। ਘਰ ਵੀ ਖਰੀਦ ਸਕਦੇ ਨੇ। ਘਰ ਕਿੰਨੇ ਕੁ ਨਾਗ ਮੌਜੂਦ ਹੁੰਦੇ ਨੇ ਤੁਹਾਡੇ ਕੋਲ? 15-14-8-10 ਡੰਗਰ ਆਪਣੇ ਕੋਲ ਅੱਠੇ ਵੇਲੇ ਹੁੰਦੇ ਨੇ ਘਰ ਵੀ। ਜ਼ਬਰਦਸਤ ਹੋ ਗਿਆ ਜੀ, ਮੁਕੰਮਲ ਤਫਸੀਲ ਤੁਹਾਡੇ ਤੱਕ ਆ ਚੁੱਕੀ ਜੀ। ਇਸ ਨੰਬਰ 'ਤੇ ਰਾਬਤਾ ਕਰੋ, ਇਹਨਾਂ ਦੀ ਲੋਕੇਸ਼ਨ 'ਤੇ ਜਾ ਕੇ ਖਰੀਦਦਾਰੀ ਕਰ ਸਕਦੇ ਹੋ। ਅੱਜ ਦੀ ਵੀਡੀਓ ਤੋਂ ਬਾਅਦ ਤੁਹਾਡੀ ਕੀ ਰਾਏ ਜੀ, ਕਮੈਂਟਸ ਬਾਕਸ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਨਾ ਹੈ। ਅਗਲੀ ਵੀਡੀਓ ਤੱਕ ਤੁਹਾਡੇ ਕੋਲ ਜਲਦ ਚਾਹੁੰਦੇ ਹਾਂ ਜੀ। ਅੱਲਾ ਹਾਫਿਜ਼।